ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਲੂਸਿਲ ਰੈਂਡਨ ਦਾ 118 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ। ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਫਰਾਂਸੀਸੀ ਔਰਤ ਰੈਂਡਨ ਨੂੰ ਸਿਸਟਰ ਆਂਦਰੇ ਵਜੋਵੀ ਜਾਣਿਆ ਜਾਂਦਾ ਸੀ। ਉਹਨਾਂ ਦਾ ਜਨਮ 11 ਫਰਵਰੀ 1904 ਨੂੰ ਹੋਇਆ ਸੀ। ਨਿਊਜ਼ ਏਜੰਸੀ ਦੇ ਮੁਤਾਬਕ ਸਭ ਤੋਂ ਬਜ਼ੁਰਗ ਫ੍ਰੈਂਚ ਨਨ ਲੂਸਿਲ ਰੈਂਡਨ ਦਾ 118 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋਇਆ ਹੈ। ਬੁਲਾਰੇ ਡੈਵਲਸ ਦਾ ਵੈਲੋ ਨੇ ਕਿਹਾ ਹੈ ਕਿ ਉਹਨਾਂ ਨੇ ਇੱਕ ਨਰਸਿੰਗ ਹੋਮ ਵਿੱਚ ਆਖਰੀ ਸਾਲ ਲਿਆ ਅਤੇ ਉਹਨਾਂ ਦੀ ਨੀਂਦ ਦੇ ਵਿੱਚ ਹੀ ਦੋਗੇ ਬਲਾਰੇ ਨੇ ਕਿਹਾ ਹੈ ਕਿ ਬਹੁਤ ਦੁੱਖ ਦੀ ਕਲ ਹੈ ਉਹ ਆਪਣੇ ਪਿਆਰੇ ਭਰਾ ਨੂੰ ਬਿਲਨ ਦੀ ਤੀਬਰ ਇੱਛਾ ਰੱਖਦੇ ਸਨ ਇਹੀ ਉਹਨਾਂ ਲਈ ਮੁਕਤੀ ਹੈ ਇਸ ਤੋਂ ਪਹਿਲਾਂ ਜਾਪਾਨ ਦੀ ਕੇਨ ਤਨਾਕਾ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਸੀ ਜਿਸ ਦੀ ਪਿਛਲੇ ਸਾਲ 119 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਸੀ ਉਹ ਧਰਤੀ ਤੇ ਸਭ ਤੋਂ ਲੰਮੀ ਉਮਰ ਵਾਲੀ ਔਰਤ ਸੀ ਗਿਨੀਸ ਵਰਡ ਰਿਕਾਰਡ ਤੇ ਅਧਿਕਾਰਤ ਤੌਰ ਤੇ ਅਪ੍ਰੈਲ 2022 ਵਿੱਚ ਉਹਨਾਂ ਨੂੰ ਸਭ ਤੋਂ ਬਜ਼ੁਰਗ ਔਰਤ ਵਜੋਂ ਮਾਨਤਾ ਦਿੱਤੀ ਗਈ ਸੀ ਦਰਅਸਲ ਰੈਂਡਨ ਦਾ ਜਨਮ ਨਿਊਯਾਰਕ ਵਿੱਚ ਹੋਇਆ ਸੀ ਉਹ ਦੱਖਣੀ ਸ਼ਹਿਰ ਅਲਸੇਸ ਵਿੱਚ ਰਹਿ ਰਹਿ ਤਿੰਨ ਪਰਾਂਵਾਂ ਦੀ ਇਕਲੌਤੀ ਬਣ ਸੀ ਉਸ ਨੇ ਆਪਣੇ 116ਵੇਂ ਜਨਮ ਦਿਨ ਤੇ ਇੱਕ ਇੰਟਰਵਿਊ ਵਿੱਚ ਇੱਕ ਨਿੱਜੀ ਚੈਨਲ ਦੱਸਿਆ ਹੈ ਕਿ ਪਹਿਲੇ ਵਿਸ਼ਵ ਯੁੱਧ ਦੇ ਅੰਤ ਵਿੱਚ ਦੇ ਦੋ ਪਰਾਂਵਾਂ ਦੀ ਵਾਪਸੀ ਉਸ ਦੀ ਸਭ ਤੋਂ ਪਿਆਰੀਆਂ ਯਾਦਾਂ ਦੇ ਵਿੱਚੋਂ ਇੱਕ ਸੀ